ਮੈਂ ਅੱਜ ਫਰੀਦਕੋਟ ਵਾਸੀਆਂ ਨੂੰ ਵੀ ਬਹੁਤ ਬਹੁਤ ਮੁਬਾਰਕਬਾਦ ਦੇਣਾ ਚਾਹਾਂਗੀ ਕਿ ਜਿੱਥੇ ਕਰਮਜੀਤ ਅਨਮੋਲ ਦਾ ਨਾਂ ਹੈ ਅਤੇ ਮੈਨੂੰ ਲੱਗਦਾ ਕਿ ਬੰਦਾ ਵੀ ਅਨਮੋਲ ਹੀ ਹੈ, ਇੱਕ ਹੀਰਾ ਬੰਦਾ ਸਾਨੂੰ ਮਾਨ ਸਾਹਿਬ ਨੇ ਫਰੀਦਕੋਟ ਦੀ ਝੋਲੀ ਪਾਇਆ। ਅਸੀਂ ਪਹੁੰਚੇ ਅੱਜ ਵਿਸ਼ੇਸ਼ ਤੌਰ 'ਤੇ, ਨਾਲ ਤੁਹਾਡੇ ਫਾਦਰ ਸਾਹਿਬ ਵੀ ਪਹੁੰਚੇ ਆ, ਸਭ ਕੈਂਪ ਵੀ। ਹਾਂਜੀ, ਸਾਡਾ ਫਰਜ਼ ਬਣਦਾ, ਅਸੀਂ ਇਸ ਧਰਤੀ ਦੇ ਜੰਮਪਲ ਹਾਂ ਅਤੇ ਅੱਧੀ ਤੋਂ ਵੱਧ ਜ਼ਿੰਦਗੀ ਇੱਥੇ ਗੁਜ਼ਾਰੀ ਆ, ਔਰ ਇਸ ਧਰਤੀ ਨੂੰ ਸੰਭਾਲਣ ਲਈ ਕੋਈ ਨਾਇਕ ਆ ਰਿਹਾ ਤਾਂ ਸਵਾਗਤ ਕਰਨਾ ਸਾਡਾ ਫਰਜ਼ ਬਣਦਾ, ਸੋ ਉਹਨਾਂ ਦਾ ਵੈਲਕਮ ਕਰਨ ਲਈ ਔਰ ਨਤਮਸਤਕ ਹੋਣ ਲਈ ਬਾਬਾ ਫਰੀਦ ਪਹੁੰਚੇ। ਮੈਨੂੰ ਲੱਗਦਾ ਕਿ ਜੋ ਕੁਛ ਵੀ ਹੋਇਆ ਬਹੁਤ ਵਧੀਆ ਹੋਇਆ, ਚਾਹੇ ਡਾਕਟਰ ਬਲਜੀਤ ਕੌਰ ਆਉਂਦੀ ਹੈ, ਚਾਹੇ ਕਰਮਜੀਤ ਆਉਂਦਾ ਜਾਂ ਕੋਈ ਹੋਰ ਆਉਂਦਾ, ਪਰ ਜੋ ਵੀ ਆਏਗਾ ਉਹ ਇੱਕ ਸਿਪਾਹੀ ਦੀ ਤਰ੍ਹਾਂ ਆਮ ਆਦਮੀ ਪਾਰਟੀ ਲਈ ਕੰਮ ਕਰੇਗਾ, ਔਰ ਮੈਂ ਕਹਿੰਦੀ ਹਾਂ ਜਿਸ ਦਾ ਵੀ ਨਾਂ ਆਉਂਦਾ ਸਮਝ ਲਓ ਸਾਡਾ ਹੀ ਨਾਂ ਹੈ। ਮਨ ਨੂੰ ਸੰਤੁਸ਼ਟੀ ਅਸਲ ਵਿੱਚ ਕਦੋਂ ਹੋਣੀ ਸੀ ਜੇ ਤੁਹਾਨੂੰ ਟਿਕਟ ਮਿਲਦੀ ਜਾਂ ਹੁਣ ਹੋਈ ਹੈ? ਮੈਨੂੰ ਦੋਨੇ ਤਰ੍ਹਾਂ ਹੀ ਸੰਤੁਸ਼ਟੀ ਹੈ, ਜਿਸ ਤਰ੍ਹਾਂ ਪਾਰਟੀ ਜਿੱਥੇ ਵੀ ਡਿਊਟੀ ਲਗਾਏਗੀ। ਹੁਣ ਵੀ ਮੇਰਾ ਭਰਾ ਆਇਆ ਔਰ ਮੈਨੂੰ ਬਹੁਤ ਖੁਸ਼ੀ ਹੈ ਕਿ ਇੱਕ ਵਧੀਆ ਇਨਸਾਨ ਸਾਡੇ ਵਿਚਕਾਰ ਆ ਰਿਹਾ, ਔਰ ਬਹੁਤ ਜ਼ਿਆਦਾ ਸੰਤੁਸ਼ਟੀ ਹੈ ਜੀ। ਸਾਡੇ ਨਾਲ ਲੋਕ ਖੜ੍ਹੇ ਨੇ, ਮੈਂ ਨਹੀਂ ਸਮਝਦੀ ਕਿ ਕਿਸ ਨਾਲ ਟੱਕਰ ਹੈ, ਜਿਹਦੇ ਨਾਲ ਲੋਕ ਖੜ੍ਹੇ ਹੋਣ ਉਹਨੂੰ ਕਿਸੇ ਤੋਂ ਡਰਨਾ ਨਹੀਂ ਚਾਹੀਦਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ, ਮੈਂ ਹਾਂ ਗੁਰਜੀਤ ਸਿੰਘ ਰਮਾਣਾ। ਤਾਂ ਆਮ ਆਦਮੀ ਪਾਰਟੀ ਵੱਲੋਂ ਫਰੀਦਕੋਟ ਲੋਕ ਸਭਾ ਹਲਕੇ ਲਈ ਉਮੀਦਵਾਰ ਦਾ ਐਲਾਨ ਕੀਤਾ ਹੈ, ਕਰਮਜੀਤ ਅਨਮੋਲ। ਪੂਰਾ ਰੋਡ ਸ਼ੋਅ ਉਹਨਾਂ ਵੱਲੋਂ ਕੱਢਿਆ ਜਾ ਰਿਹਾ। ਤਾਂ ਫਰੀਦਕੋਟ ਦੇ ਬਾਬਾ ਫਰੀਦ, ਟਿੱਲਾ ਬਾਬਾ ਫਰੀਦ ਗੁਰਦੁਆਰਾ ਸਾਹਿਬ ਦੇ ਵਿੱਚ ਮੌਜੂਦ ਹੈ। ਤਾਂ ਫਿਲਹਾਲ ਦੀ ਗੱਲ ਕਰੀਏ, ਦੱਸਿਆ ਜਾ ਰਿਹਾ ਕਿ ਤਮਾਮ 9 ਦੇ ਕਰੀਬ ਜਿਹੜੇ MLA ਨੇ ਉਹਨਾਂ ਦੇ ਨਾਲ ਨੇ। ਤਾਂ ਹੁਣ ਇੱਥੇ ਫਰੀਦਕੋਟ ਦੇ ਵਿੱਚ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਵੀ ਪਹੁੰਚੇ ਨੇ, ਕਿਉਂਕਿ ਉਹਨਾਂ ਦਾ ਵੀ ਜਿਹੜਾ ਹਲਕਾ ਮਲੋਟ ਹੈ ਅਤੇ ਇੱਥੇ ਪਹੁੰਚੇ ਨੇ। ਪਹਿਲਾਂ ਉਹਨਾਂ ਦੇ ਪਿਤਾ ਪ੍ਰੋਫੈਸਰ ਸਾਧੂ ਸਿੰਘ ਵੀ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਰਹਿ ਚੁੱਕੇ ਨੇ। ਤਾਂ ਹੁਣ ਬਲਜੀਤ ਕੌਰ ਵੀ ਪਹੁੰਚੇ ਨੇ, ਉਹਨਾਂ ਵੱਲੋਂ ਵੀ ਉਹਨਾਂ ਦਾ ਸਵਾਗਤ ਕੀਤਾ ਜਾਵੇਗਾ। ਤਾਂ ਗੱਲਬਾਤ ਉਹਨਾਂ ਦੇ ਨਾਲ ਵੀ ਕਰਾਂਗੇ, ਕਿਉਂਕਿ ਲਗਾਤਾਰ ਜਿਹੜਾ ਆਪਾਂ ਫਰੀਦਕੋਟ ਲੋਕ ਸਭਾ ਹਲਕੇ ਦੀ ਗੱਲ ਕਰੀਏ, ਤਾਂ ਸਭ ਤੋਂ ਪਹਿਲਾਂ ਜੇਕਰ ਉਮੀਦਵਾਰ ਦਾ ਐਲਾਨ ਕੀਤਾ ਹੈ ਤਾਂ ਕਰਮਜੀਤ ਅਨਮੋਲ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਨੇ ਉਹਨਾਂ ਦਾ ਐਲਾਨ ਕੀਤਾ ਗਿਆ ਹੈ। ਤਾਂ ਸਭ ਤੋਂ ਪਹਿਲਾਂ ਕਿਤੇ ਵੀ ਕੋਈ ਵੀ ਇਲੈਕਸ਼ਨ ਹੁੰਦਾ, ਕੋਈ ਵੀ ਪਦਵੀ ਵੱਡੀ ਮਿਲਦੀ ਆ, ਤਾਂ ਜੇਕਰ ਫਰੀਦਕੋਟ ਦੇ ਨਾਲ ਜੁੜਦੀ ਹੈ ਤਾਂ ਸਭ ਤੋਂ ਪਹਿਲਾਂ ਟਿੱਲਾ ਬਾਬਾ ਫਰੀਦ ਦੇ ਵਿੱਚ ਜ਼ਰੂਰ ਨਤਮਸਤਕ ਹੁੰਦੇ ਨੇ, ਅਰਦਾਸ ਬੇਨਤੀ ਕਰਦੇ ਨੇ। ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਤਰੱਕੀਆਂ ਮਿਲਣ, ਕਿਸ ਤਰੀਕੇ ਦੀਆਂ ਮਿਲਣ, ਉਸ ਤਰੀਕੇ ਦੇ ਨਾਲ ਜਿਹੜਾ ਉਹਨਾਂ ਵੱਲੋਂ ਜਿਹੜੀਆਂ ਅਰਦਾਸ ਬੇਨਤੀਆਂ ਕਰਕੇ ਜਿਹੜੀਆਂ ਆਸ਼ੀਰਵਾਦ ਲਿਆ ਜਾਂਦਾ। ਤਾਂ ਇਸੇ ਤਰੀਕੇ ਦੇ ਨਾਲ ਆਪਾਂ ਜੇ ਗੱਲ ਕਰੀਏ ਕਰਮਜੀਤ ਅਨਮੋਲ ਦੀ, ਤਾਂ ਟਿਕਟ ਮਿਲਦੀ ਆ ਉਹਨਾਂ ਨੂੰ, ਟਿਕਟ ਮਿਲਣ ਤੋਂ ਬਾਅਦ ਉਹਨਾਂ ਵੱਲੋਂ ਇਹ ਐਲਾਨ ਕੀਤਾ ਜਾਂਦਾ ਹੈ ਕਿ ਸਭ ਤੋਂ ਪਹਿਲਾਂ ਉਹ ਟਿੱਲਾ ਬਾਬਾ ਫਰੀਦ ਜੀ ਦੇ ਵਿੱਚ ਜਾ ਕੇ ਨਤਮਸਤਕ ਹੋਣਗੇ, ਤਾਂ ਉਸ ਤੋਂ ਬਾਅਦ ਹੀ ਆਪਦੀ ਕੰਪੇਨ ਸ਼ੁਰੂ ਕਰਨਗੇ, ਵੱਖ ਵੱਖ ਇਲਾਕਿਆਂ ਦੇ ਵਿੱਚ ਹਲਕਿਆਂ ਦੇ ਵਿੱਚ ਪਹੁੰਚਣਗੇ। ਤਾਂ ਅੱਜ ਇੱਥੇ ਪਹੁੰਚੇ ਆ, ਤਾਂ ਗੱਲਬਾਤ ਕਰਦੇ ਹਾਂ ਆਪਾਂ ਡਾਕਟਰ ਬਲਜੀਤ ਕੌਰ ਦੇ ਨਾਲ। ਮੈਡਮ ਜੀ, ਬਹੁਤ ਬਹੁਤ ਮੁਬਾਰਕਾਂ ਤੁਹਾਨੂੰ। ਕਰਮਜੀਤ ਅਨਮੋਲ ਇੱਕ ਫਿਲਮੀ ਐਕਟਰ ਕਲਾਕਾਰ ਮਿਲਿਆ ਇੱਥੋਂ ਮਿਲਿਆ ਲੋਕ ਸਭਾ। ਮੈਂ ਅੱਜ ਫਰੀਦਕੋਟ ਵਾਸੀਆਂ ਨੂੰ ਵੀ ਬਹੁਤ ਬਹੁਤ ਮੁਬਾਰਕਬਾਦ ਦੇਣਾ ਚਾਹਾਂਗੀ ਕਿ ਜਿੱਥੇ ਕਰਮਜੀਤ ਅਨਮੋਲ ਦਾ ਨਾਂ ਹੈ ਅਤੇ ਮੈਨੂੰ ਲੱਗਦਾ ਕਿ ਬੰਦਾ ਵੀ ਅਨਮੋਲ ਹੀ ਹੈ, ਇੱਕ ਹੀਰਾ ਬੰਦਾ ਸਾਨੂੰ ਮਾਨ ਸਾਹਿਬ ਨੇ ਫਰੀਦਕੋਟ ਦੀ ਝੋਲੀ ਪਾਇਆ, ਔਰ ਲੋਕ ਬਹੁਤ ਜ਼ਿਆਦਾ ਪਸੰਦ ਕਰਨਗੇ, ਇੱਕ ਵਧੀਆ ਨਾਇਕ ਦੇ ਤੌਰ 'ਤੇ ਫਰੀਦਕੋਟ ਦੀ ਧਰਤੀ ਤੋਂ ਉੱਪਰ ਕੇ ਉਹ ਅੱਗੇ ਆਉਣਗੇ। ਤੁਸੀਂ ਪਹੁੰਚੇ ਅੱਜ ਵਿਸ਼ੇਸ਼ ਤੌਰ 'ਤੇ, ਨਾਲ ਤੁਹਾਡੇ ਫਾਦਰ ਸਾਹਿਬ ਵੀ ਪਹੁੰਚੇ ਆ, ਸਭ ਕੈਂਪ ਵੀ। ਹਾਂਜੀ, ਸਾਡਾ ਫਰਜ਼ ਬਣਦਾ, ਅਸੀਂ ਇਸ ਧਰਤੀ ਦੇ ਜੰਮਪਲ ਹਾਂ
ਅਤੇ ਅੱਧੀ ਤੋਂ ਵੱਧ ਜ਼ਿੰਦਗੀ ਇੱਥੇ ਗੁਜ਼ਾਰੀ ਆ ਔਰ ਇਸ ਧਰਤੀ ਨੂੰ ਸੰਭਾਲਣ ਲਈ ਕੋਈ ਨਾਇਕ ਆ ਰਿਹਾ ਤਾਂ ਸਵਾਗਤ ਕਰਨਾ ਸਾਡਾ ਫਰਜ਼ ਬਣਦਾ, ਸੋ ਉਹਨਾਂ ਦਾ ਵੈਲਕਮ ਕਰਨ ਲਈ ਔਰ ਨਤਮਸਤਕ ਹੋਣ ਲਈ ਬਾਬਾ ਫਰੀਦ ਪਹੁੰਚੇ। ਡਾਕਟਰ ਸਾਹਿਬ, ਕਿਤੇ ਨਾ ਕਿਤੇ ਡਾਕਟਰ ਬਲਜੀਤ ਕੌਰ ਦਾ ਨਾਮ ਆ ਰਿਹਾ ਸੀਗਾ ਕਿ ਇੱਥੋਂ ਜਿਹੜੀ ਟਿਕਟ ਹੈ ਆਮ ਆਦਮੀ ਪਾਰਟੀ ਵੱਲੋਂ ਹੋ ਸਕਦਾ ਹੈ ਡਾਕਟਰ ਬਲਜੀਤ ਕੌਰ ਨੂੰ ਮਿਲੇ, ਕਿਉਂਕਿ ਤੁਹਾਡੇ ਫਾਦਰ ਸਾਹਿਬ ਪਹਿਲਾਂ ਇੱਥੋਂ MP ਰਹਿ ਚੁੱਕੇ ਨੇ, ਕਾਫੀ ਜਿਹੜੀਆਂ ਇਹ ਸਾਡੇ ਕੋਲ ਇਨਫੋਰਮੇਸ਼ਨ ਆ ਰਹੀਆਂ ਸੀ। ਮੈਨੂੰ ਲੱਗਦਾ ਕਿ ਜੋ ਕੁਛ ਵੀ ਹੋਇਆ ਬਹੁਤ ਵਧੀਆ ਹੋਇਆ, ਚਾਹੇ ਡਾਕਟਰ ਬਲਜੀਤ ਕੌਰ ਆਉਂਦੀ ਹੈ, ਚਾਹੇ ਕਰਮਜੀਤ ਆਉਂਦਾ ਜਾਂ ਕੋਈ ਹੋਰ ਆਉਂਦਾ, ਪਰ ਜੋ ਵੀ ਆਏਗਾ ਉਹ ਇੱਕ ਸਿਪਾਹੀ ਦੀ ਤਰ੍ਹਾਂ ਆਮ ਆਦਮੀ ਪਾਰਟੀ ਲਈ ਕੰਮ ਕਰੇਗਾ ਔਰ ਮੈਂ ਕਹਿੰਦੀ ਹਾਂ ਜਿਸ ਦਾ ਵੀ ਨਾਂ ਆਉਂਦਾ ਸਮਝ ਲਓ ਸਾਡਾ ਹੀ ਨਾਂ ਹੈ। ਮਨ ਨੂੰ ਸੰਤੁਸ਼ਟੀ ਅਸਲ ਵਿੱਚ ਕਦੋਂ ਹੋਣੀ ਸੀ ਜੇ ਤੁਹਾਨੂੰ ਟਿਕਟ ਮਿਲਦੀ ਜਾਂ ਹੁਣ ਹੋਈ ਹੈ? ਮੈਨੂੰ ਦੋਨੇ ਤਰ੍ਹਾਂ ਹੀ ਸੰਤੁਸ਼ਟੀ ਹੈ, ਜਿਸ ਤਰ੍ਹਾਂ ਪਾਰਟੀ ਜਿੱਥੇ ਵੀ ਡਿਊਟੀ ਲਗਾਏਗੀ। ਹੁਣ ਵੀ ਮੇਰਾ ਭਰਾ ਆਇਆ ਔਰ ਮੈਨੂੰ ਬਹੁਤ ਖੁਸ਼ੀ ਹੈ ਕਿ ਇੱਕ ਵਧੀਆ ਇਨਸਾਨ ਸਾਡੇ ਵਿਚਕਾਰ ਆ ਰਿਹਾ ਔਰ ਬਹੁਤ ਜ਼ਿਆਦਾ ਸੰਤੁਸ਼ਟੀ ਹੈ। ਕਿਹਦੇ ਨਾਲ ਟੱਕਰ ਕਿਹਦੇ ਨਾਲ ਮੰਨ ਸਕਦੇ ਹਾਂ, ਕਿਹੜੀ ਪਾਰਟੀ ਨਾਲ ਹੋ ਸਕਦੀ ਤੁਹਾਡੀ? ਦੇਖੋ ਜੀ, ਸਾਡੇ ਨਾਲ ਲੋਕ ਖੜੇ ਨੇ, ਮੈਂ ਨਹੀਂ ਸਮਝਦੀ ਕਿ ਕਿਸ ਨਾਲ ਟੱਕਰ ਹੈ। ਜਿਹਦੇ ਨਾਲ ਲੋਕ ਖੜੇ ਹੋਣ ਉਹਨੂੰ ਕਿਸੇ ਤੋਂ ਡਰਨਾ ਨਹੀਂ ਚਾਹੀਦਾ। ਮੱਲਾ ਮਾਰੂਗੇ ਫਿਰ, ਜਿੱਤੋਗੇ ਫਿਰ ਇੱਥੋਂ ਜਿੱਤ ਹਾਸਲ ਕਰੋਗੇ? ਬਿਲਕੁਲ ਜੀ, ਸਾਨੂੰ ਪੂਰਾ ਯਕੀਨ ਹੈ ਔਰ ਬਹੁਮਤ ਦੇ ਨਾਲ ਅਸੀਂ ਅੱਗੇ ਲੈ ਕੇ ਜਾਵਾਂਗੇ। ਥੈਂਕ ਯੂ ਵੈਰੀ ਮੱਚ। ਤਾਂ ਇਹ ਸਨ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ। ਤਾਂ ਅੱਜ ਟਿੱਲਾ ਬਾਬਾ ਸ਼ੇਖ ਫਰੀਦ ਦੇ ਇੱਥੇ ਪਹੁੰਚਿਆ ਹੈ, ਤਾਂ ਇਸ ਤੋਂ ਪਹਿਲਾਂ ਪਹੁੰਚਿਆ ਕਿਉਂਕਿ ਜਿਹੜਾ ਕਰਮਜੀਤ ਅਨਮੋਲ ਹੈ ਤਾਂ ਉਹਨਾਂ ਦਾ ਜਿਹੜਾ ਰੋਡ ਸ਼ੋਅ ਹੈ ਪੂਰੇ ਜਿੰਨੇ ਵਿਧਾਨ ਸਭਾ ਦੇ ਹਲਕੇ ਨੇ ਉਹਨਾਂ ਦੇ ਵਿੱਚੋਂ ਹੁੰਦੇ ਹੋਏ ਉਹ ਕੋਟਕਪੂਰਾ ਦੇ ਵਿੱਚ ਪਹੁੰਚੇ ਹਨ ਅਤੇ ਕੁਝ ਹੀ ਸਮੇਂ ਤੱਕ ਜਿਹੜਾ ਉਹ ਫਰੀਦਕੋਟ ਪਹੁੰਚਣਗੇ ਅਤੇ ਟਿੱਲਾ ਬਾਬਾ ਫਰੀਦ ਦੇ ਵਿੱਚ ਨਤਮਸਤਕ ਹੋਣਗੇ। ਤਾਂ ਡਾਕਟਰ ਬਲਜੀਤ ਕੌਰ ਦੇ ਨਾਲ ਗੱਲਬਾਤ ਕੀਤੀ ਸੀ ਤਾਂ ਉਹਨਾਂ ਨੇ ਦੱਸਿਆ ਕਿ ਜੋ ਵੀ ਪਾਰਟੀ ਨੇ ਜਿਹੜਾ ਵੀ ਉਮੀਦਵਾਰ ਲਾਉਣਾ ਸਾਡੇ ਵਾਸਤੇ ਉਹ ਅਨਮੋਲ ਹੈ ਤਾਂ ਅਸੀਂ ਪੂਰੀ ਮਦਦ ਕਰਾਂਗੇ। ਦੇਖਦੇ ਹਾਂ ਹੁਣ ਇੱਥੋਂ ਆਮ ਆਦਮੀ ਪਾਰਟੀ ਦਾ, ਕਾਂਗਰਸ ਦਾ, ਅਕਾਲੀ ਦਲ ਦਾ, ਭਾਰਤੀ ਜਨਤਾ ਪਾਰਟੀ ਦਾ ਕਿਹੜਾ ਉਮੀਦਵਾਰ ਆ ਜਿਹੜਾ ਜਿੱਤ ਹਾਸਲ ਕਰਕੇ ਲੋਕ ਸਭਾ ਦੇ ਵਿੱਚ ਪਹੁੰਚਦਾ। ਗੁਰਜੀਤ ਸਿੰਘ ਰਮਾਣਾ, D5 ਚੈਨਲ ਪੰਜਾਬੀ, ਫਰੀਦਕੋਟ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ, ਗੱਲ ਕਰਾਂਗੇ ਸਿਆਸੀ ਹਵਾ ਦੀ, ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ, ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ, ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ, ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ, ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ, ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ, ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ, ਖੋਲਾਂਗੇ ਅੰਦਰੂਨੀ ਰਾਜ, ਬਣਾਂਗੇ ਬੁਲੰਦ ਆਵਾਜ਼, ਖੇਡ, ਸਿੱਖਿਆ, ਸਿਹਤ, ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ, ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਲ, ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ, ਕੀ ਕਰਦੀ ਹੈ ਸਾਡੀ ਸਰਕਾਰ, ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ, D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ, ਧਰਮ, ਧਰੋਹਰ, ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ, ਅਬ D5 ਚੈਨਲ ਹਿੰਦੀ ਵੀ ਹੋਗਾ ਸਰ, D5 ਚੈਨਲ ਪੰਜਾਬੀ, ਆਪਣੀ ਧਰਤੀ, ਆਪਣੇ ਲੋਕ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਰੰਧਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ, ਜਿਹੜਾ ਲਾਂਚ ਹੋ ਚੁੱਕਿਆ ਹੈ ਹੁਣ ਕੈਨੇਡਾ ਵਿੱਚ।